ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਮੈਂ ਹਾਂ ਪ੍ਰਮੇਂਦਰ ਕੌਰ ਪਹਿਲਾਂ ਪੇਸ਼ ਨੇ ਚੁੰਨੀਆਂ ਖਬਰਾਂ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਪਲਕੇ ਗੱਲਬਾਤ ਲਈ ਦਿੱਤਾ ਗਿਆ ਸੱਦਾ ਕਿਸਾਨ ਜਥੇਬੰਦੀਆਂ ਨੇ ਕੀਤਾ ਪ੍ਰਮਾਣ ਮੀਟਿੰਗ ਦੁਪਹਿਰ 2 ਵਜੇ ਵਿਗਿਆਨ ਪਰਮੰਚੋ ਹੋਵੇਗੀ ਨੀਤੀ ਆਯੋਗ ਦੇ ਉਪ ਚੇਅਰਮੈਨ ਰਾਜੀਵ ਕੁਮਾਰ ਨੇ ਕਹਿ ਕਿ ਨਵੇਂ ਖੇਤੀ ਕਾਨੂੰਨਾਂ ਬਾਰੇ ਫੈਲਾਇਆ ਜਾ ਰਿਹਾ ਝੂਠ ਕਿਸਾਨਾਂ ਦੇ ਹਿੱਤਾਂ ਤੇ ਨਾਲ-ਨਾਲ ਅਰਥਚਾਰੇ ਨੂੰ ਵੀ ਤਾ ਲਗਾ ਰਿਹਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨ ਰੇਲ ਸੇਵਾ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਦਾ ਇੱਕ ਵੱਡਾ ਉਪਰਾਹ ਹੈ ਸੌਮੀ ਕਿਸਾਨ ਰੇਲ ਸ਼ੁਰੂ ਕਰਨ ਮੌਕੇ ਮੋਦੀ ਨੇ ਕਿਹਾ ਕਿਸਾਨ ਰੇਲ ਦੀ ਸਹੂਲਤ ਨਾਲ ਕਿਸਾਨ ਆਪਣੀ ਫਸਲ ਦੇਜਦੇ ਉਹਨਾਂ ਹਿੱਸਿਆਂ ਤੱਕ ਪਹੁੰਚ ਆ ਸਕਦਾ ਹੈ ਜਿੱਥੇ ਉਸ ਨੂੰ ਬਿਹਤਰ ਮੁੱਲ ਮਿਲਣ ਦੀ ਸੰਭਾਵਨਾ ਹੋ ਸਕਦੀ ਹੈ ਦੇਮਨਤ੍ਰਾਲੇ ਨੇ ਕੋਵਿਡ-19 ਮਹਾਮਾਰੀ ਦੀ ਰੋਕத்-थाम ਲਈ ਪਹਿਲਾਂ ਜਾਰੀ ਕੀਤੇ ਗਏ ਦੇਸ਼ਾ ਨਿਰਦੇਸ਼ਾਂ ਨੂੰ ਅਗਲੇ ਬਰੇ 31 ਜਨਵਰੀ ਤੱਕ ਵਧਾਇਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚ ਮੋਬਾਈਲ ਟਾਬਰਾਂ ਦੀ ਪੰਨ ਤੋੜ ਕਰਨ ਵਾਲਿਆਂ ਨੂੰ ਦਿੱਤੀ ਚੇਤਾਵਨੀ ਕਿਆ ਕਿ ਸਰਕਾਰੀ ਅਤੇ ਨਿੱਜੀ ਸੰਪਤੀਆਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਗਤੀਵਿਧੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਕੇਂਦਰ ਵੱਲੋਂ ਪਿਆਜ਼ ਦੀ ਬਰਾਮਤ 'ਤੇ ਲਗਾਈ ਗਈ ਪਾਬੰਦੀ ਅਗਲੇ ਬਰੇ 1 ਜਨਵਰੀ ਤੋਂ ਹਟਾਉਣ ਦਾ ਫੈਸਲਾ ਭਾਰਤ ਨੇ ਮਲਬੰਝ ਖੇਦਿਆ ਗਿਆ ਦੂਜਾ ਟੈਸਟ ਆਸਟ੍ਰੇਲੀਆ ਨੂੰ 8 ਵਿਕਟਾਂ ਨਾਲ ਹਰਾ ਕੇ ਜਿੱਤਿਆ ਹੁਣ ਖਬਰਾਂ ਵਿਸਥਾਰ ਨਾਲ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਤੇ ਹੋਰ ਮੰਗਾਂ ਬਾਰੇ ਪਲਕੇ ਗੱਲਬਾਤ ਲਈ ਦਿੱਤਾ ਗਿਆ ਸੱਦਾ ਸਾਂਝੇ ਕਿਸਾਨ ਮੋਰਚੇ ਨੇ ਸਵੀਕਾਰ ਕਰ ਲਿਆ ਹੈ ਕੇਂਦਰ ਨੇ ਇਸ ਬੰਦਚ ਮੋਰਚੇ ਵੱਲੋਂ ਗੱਲਬਾਤ ਲਈ ਭੇਜੀ ਗਈ ਤਜਵੀਜ਼ ਨੂੰ ਸਵੀਕਾਰ ਕਰਦੇ ਪਲਕੇ ਗੱਲਬਾਤ ਕਰੰਦਾ ਸੱਦਾ ਪੱਤਰ ਭੇਜਿਆ ਸੀ ਖੇਤੀ ਤੇ ਕਿਸਾਨ ਪਾਈ ਮੰਤਰਾਲੇ ਦੇ ਸਕੱਤਰ ਸੰਜੀ ਅਗਰਵਾਲ ਨੇ ਦੱਸਿਆ ਕਿ ਕਿਸਾਨਾ ਗੋ ਨੂੰ ਪਲਕੇ ਦਿੱਲੀ ਦੇ ਵਿਗਿਆਨ ਪਮਨ ਚ ਦੁਪਹਿਰ 2 ਵਜੇ ਗੱਲਬਾਤ ਲਈ ਬੁਲਾਇਆ ਗਿਆ ਇਸ ਤੋਂ ਪਹਿਲਾਂ ਸਰਕਾਰ ਅਤੇ ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਵਿਚਾਲੇ ਪੰਜ ਕੀਡਾਂ ਦੀ ਗੱਲਬਾਤ ਹੋ ਚੁੱਕੀ ਹੈ ਜੋ ਬੇਸੱਤਰ ਸੀ ਪੰਜਵੇਂ ਗੇੜ ਦੀ ਗੱਲਬਾਤ ਉਹ ਬਾ ਸਰਕਾਰ ਨੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਚ ਸੋਧਾਂ ਲਈ ਸੱਤ ਪ੍ਰਸਤਾਵ ਭੇਜੇ ਸਨ ਜਿਨ੍ਹਾਂ ਨੂੰ ਕਿਸਾਨ ਜਥੇਬੰਦੀਆਂ ਨੇ ਰੱਦ ਕਰ ਦਿੱਤਾ ਸੀ ਇਹ ਜਥੇਬੰਦੀਆਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਤੇ ਅੜੀਆਂ ਰਹੀਆਂ ਤੇ ਗੱਲਬਾਤ ਕਰਨ ਤੋਂ ਨਾ ਕਰ ਦਿੱਤੀ ਸਰਕਾਰ ਨੇ ਵੀ ਤੇ ਦਿਨੀ ਕਿਸਾਨਾਂ ਨੂੰ ਦੁਬਾਰਾ ਗੱਲਬਾਤ ਲਈ ਸੱਦੇ ਜਿਸ ਦੇ ਮੂੜ ਵਿਚਾਰ ਕਰਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਗੱਲਬਾਤ ਲਈ ਰਾਜ਼ੀ ਹੋਈਆਂ ਅਤੇ ਉਹਨਾਂ ਸਰਕਾਰ ਨੂੰ 29 ਦਸੰਬਰ ਨੂੰ ਮੀਟਿੰਗ ਸੱਦੇ ਜਾਣ ਦਾ ਪ੍ਰਸਤਾਵ ਭੇਜਿਆ ਜਿਸ ਦੇ ਜਵਾਬ ਚ ਸਰਕਾਰ ਨੇ ਪਲਕੀ ਮੀਟਿੰਗ ਦੀ ਤਾਰੀਖ ਮਿੱਥੇ ਜਾਂਦਾ ਐਲਾਨ ਕੀਤਾ ਨITI ਆਯੋਗ ਦੇ ਉਪ ਚੇਅਰਮੈਨ ਰਜੀਵ ਕੁਮਾਰ ਨੇ ਕਿਹਾ ਕਿ ਨਵੀਂ ਖੇਤੀ ਕਾਨੂੰਨਾਂ ਬਾਰੇ ਫੈਲਾਈਆਂ ਜਾ ਰੀਆਂ ਝੂਠੀਆਂ ਕਹਾਣੀਆਂ ਨਾ ਸਿਰਫ ਕਿਸਾਨਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਰੀਆਂ ਨੇ ਬਲਕਿ ਆਰਥਿਕਤਾ ਦਾ ਵੀ ਨੁਕਸਾਨ ਕਰ ਰਹੀਆਂ ਨੇ ਨਵੀਂ ਦਿੱਲੀ 'ਚ ਕੱਲ ਉਹਨਾਂ ਕਿਹਾ ਕਿ ਕੁਝ ਆਰਥਿਕ ਮਾਹਿਰਾਂ ਵੱਲੋਂ ਨਵੇਂ ਕਾਨੂੰਨਾਂ ਬਾਰੇ ਆਪਣੀਆਂ ਤਾਰਨਾਵਾਂ ਬਦਲਣ ਕਾਰਨ ਉਹਨਾਂ ਨੂੰ ਨਿਰਾਸ਼ਾ ਹੋਈ ਹੈ ਉਹਨਾਂ ਕਿਹਾ ਕਿ ਅੰਦੋਲਨ ਕਰੀ ਕਿਸਾਨਾਂ ਨਾਲ ਲਗਾਤਾਰ ਸੰਪਰਕ ਅਤੇ ਵਾਰਤਾਹੀ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਹੱਲ ਕਰਨ ਦੇ ਰਸਤੇ ਤੇ ਅੱਗੇ ਵਧੰਦਾ ਉਪਾਏ ਉਹਨਾਂ ਇਨ੍ਹਾਂ ਖੱਤਰੀਆਂ ਨੂੰ ਖਾਰਜ ਕੀਤਾ ਕਿ ਨਵੇਂ ਖੇਤੀ ਕਾਨੂੰਨ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਕਿਸਾਨਾਂ ਦਾ ਸ਼ੋਸ਼ਣ ਕਰਨ ਦੀ ਖੁੱਲ੍ਹ ਦੇਣਗੇ ਉਹਨਾਂ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਗਲਤ ਹੈ ਕਿਉਂਕਿ ਜੋ ਸਰਕਾਰ ਨੇ ਕਈ ਤਰ੍ਹਾਂ ਦੀਆਂ ਫਸਲਾਂ ਉੱਪਰ ਕਿਸਾਨਾਂ ਨੂੰ ਐਮਐਸਪੀ ਦਾ ਭਰੋਸਾ ਦਿਵਾਇਆ ਉਹਨਾਂ ਨੇ ਕਿਹਾ ਕਿ ਜਿਹੜੇ ਅਰਥਸ਼ਾਸਤਰੀ ਪਹਿਲਾਂ ਖੇਤੀ ਸੁਧਾਰਨ ਦਾ ਸਮਰਥਨ ਕਰ ਰਹੇ ਸਨ ਉਹ ਹੁਣ ਇਹਨਾਂ ਦਾ ਵਿਰੋਧ ਕਰਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਮਹਾਰਾਸ਼ਟਰ ਦੇ ਸੰਗੂਲਾ ਸ਼ਹਿਰ ਤੋਂ ਪੱਛਮ ਬੰਗਾਲ ਦੇ ਸ਼ਾਲੀਮਾਰ ਸ਼ਹਿਰ ਤੱਕ ਜਨਮਲੀ ਸੌਮੀ ਕਿਸਾਨ ਰੇਲ ਗੱਡੀ ਨੂੰ ਹਰੀ ਚੰਡੀ ਦੇ ਕਿਰਵਾਨਾ ਕੀਤਾ। ਪ੍ਰਧਾਨ ਮੰਤਰੀ ਨੇ ਇਸ ਮੌਕੇ ਆਪਣੇ ਸੰਬੋਧਨ ਚ ਕਿਹਾ ਕਿ ਇਸ ਕਿਸਾਨ ਰੇਲ ਗੱਡੀ ਨਾਲ ਦੋਹਾਂ ਸੂਬਿਆਂ ਦੇ ਕਿਸਾਨਾਂ ਨੂੰ ਲਾਭ ਹੋਵੇਗਾ। ਪ੍ਰਧਾਨ ਮੰਤਰੀ ਨੇ ਆਖਿਆ ਕਿ ਕਿਸਾਨ ਰੇਲ ਸੇਵਾ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਦਾ ਇੱਕ ਯਤਨ ਹੈ ਤੇ ਇਸ ਨਾਲ ਖੇਤੀ ਨਾਲ ਜੁੜੀ ਅਰਥ ਵਿਵਸਥਾ 'ਚ ਵੱਡਾ ਬਦਲਾ ਆਪੇਗਾ। ਉਨ੍ਹਾਂ ਕਿਹਾ ਕਿ ਇਹ ਸੇਵਾ ਅਗਸਤ ਮਹੀਨੇ 'ਚ ਦੇਸ਼ ਦੀ ਪਹਿਲੀ ਕਿਸਾਨ ਅਤੇ ਖੇਤੀ ਲਈ ਪੂਰੀ ਤਰ੍ਹਾਂ ਨਾਲ ਸਮਰਪਿਤ ਰੇਲ ਦੀ ਸ਼ੁਰੂ ਕੀਤੀ ਗਈ ਸੀ ਉਨ੍ਹਾਂ ਕਿ ਕਿ ਦੇਸ਼ ਦੇ ਹਰ ਹਿੱਸੇ ਨੂੰ ਖੇਤੀ ਅਤੇ ਕਿਸਾਨਾਂ ਨੂੰ ਕਿਸਾਨ ਰੇਲ ਨਾਲ ਜੋੜਿਆ ਜਾ ਰਿਹਾ ਹੈ ਕਰੋਨਾ ਦੀ ਚੁਣੌਤੀ ਦੇ ਬਾਵਜੂਦ ਵੀ ਤੇ 4 ਮਹੀਨਿਆਂ ਵਿੱਚ ਕਿਸਾਨ ਰੇਲ ਦਾ ਇਹ ਨੈਟਵਰਕ ਹਰ 100 ਦੇ ਅੰਕੜੇ ਤੱਕ ਪਹੁੰਚ ਗਿਆ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨ ਰੇਲ ਸੇਵਾ ਕਿਸਾਨਾਂ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਤੇ ਇਹ ਇਸ ਗੱਲ ਦਾ ਸਬੂਤ ਹੈ ਕਿ ਦੇਸ਼ ਦਾ ਕਿਸਾਨ ਕਿੰਨੀ ਤੇਜ਼ੀ ਨਾਲ ਨਵੇਂ ਮੌਕਿਆਂ ਦਾ ਲਾਭ ਉਠਾਉਣ ਦੀ ਦਸ਼ਾ ਬਲਬਧ ਰਿਹਾ ਹੈ ਮੈਂ ਸਭ ਤੋਂ ਪਹਿਲੇ देश के करोड़ों किसानों को बधाई देता हूं अगस्त महीने में देश की पहली किसान और खेती के लिए पूरी तरह से समर्पित रेल शुरू की गई थी उत्तर दक्षिण पूर्व पश्चिम देश के हर क्षेत्र की खेती को ਕਿਸਾਨੋ ਕੋ ਕਿਸਾਨ ਰੇਲ ਸੇ ਕਨੈਕਟ ਕੀਆ ਜਾ ਰਹਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਖੇਤੀ ਸੁਧਾਰਨ ਤੋਂ ਬਾਅਦ ਕਿਸਾਨ ਪੇਲਦੀ ਸਹੂਲਤ ਦੇ ਰੂਪ ਚ ਕਿਸਾਨਾਂ ਨੂੰ ਇੱਕ ਹੋਰ ਵਿਕਲਪ ਮਿਲਿਆ ਹੈ ਤੇ ਹੁਣ ਸਾਡਾ ਕਿਸਾਨ ਆਪਣੀ ਪੈਦਾਵਾਰ ਤੇਜ ਤੇ ਉਹਨਾਂ ਹੀ ਸੇਂਤਕ ਪਹੁੰਚਾ ਸਕਦੇ ਜਿੱਥੇ ਉਸ ਨੂੰ ਬਿਹਤਰ ਮੁੱਲ ਮਿਲ ਸਕਦਾ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨ ਫਲਾਂ ਤੇ ਸਬਜ਼ੀਆਂ ਦੀ ਟੋਆ ਟੁਆਈ ਤੇ ਦਿੱਤੀ ਜਾਣ ਵਾਲੀ ਸਬਸਿਡੀ ਦਾ ਵੀ ਲਾਭ ਉਠਾ ਸਕਦਾ ਹੈ ਮੋਦੀ ਨੇ ਕਿਹਾ ਕਿ ਪਾਰਟੀ ਖੇਤੀ ਵਿੱਚ ਨਵੀਂ ਟੈਕਨੋਲੋਜੀ ਤੇਜ਼ੀ ਨਾਲ ਸ਼ਾਮਿਲ ਹੋ ਰਹੀ ਹੈ ਤੇ ਖੇਤੀ ਉਤਪਾਦਨ ਦੇ ਮੁੱਲ ਚ ਵਾਧੇ ਲਈ ਸਟੋਰੇਜ ਤੇ ਫੂਡ ਪ੍ਰੋਸੈਸਿੰਗ ਇੰਡਸਟਰੀ ਨਾਲ ਜੁੜੀਆਂ ਬੁਨਿਆਦੀ ਸਹੂਲਤਾਂ ਨੂੰ ਸਰਕਾਰ ਤਰਜੀਹੀ ਦੇ ਰਿਏ ਉਹਨਾਂ ਨੇ ਕਿ ਪ੍ਰਧਾਨ ਮੰਤਰੀ ਖੇਤੀ ਸੰਪਦਾ ਯੋਜਨਾ ਅਧੀਨ ਮੈਗਾ ਫੂਡ ਪਾਰਕ ਕੋਲਡ ਸਟੋਰੇਜ ਸਹੂਲਤਾਂ ਤੇ ਖੇਤੀ ਪ੍ਰੋਸੈਸਿੰਗ ਸੈਂਟਰਾਂ ਦੀ ਸਥਾਪਨਾ ਲਈ 6.5 ਹਜ਼ਾਰ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਉਹਨਾਂ ਨੇ ਕਿ ਆਤਮ ਨਿਰਭਰ ਅਭਿਆਨ ਪੈਕੇਜ ਅਧੀਨ ਸੂਖਮ ਫੂਡ ਪ੍ਰੋਸੈਸਿੰਗ ਸਨਤਾਂ ਲਈ 10 ਹਜ਼ਾਰ ਕਰੋੜ ਰੁਪਏ ਮਨਜ਼ੂਰ ਕੀਤੇ ਗਏ ਨੇ ਗ੍ਰਹਿ ਮੰਤਰਾਲੇ ਨੇ ਕੋਵਿਡ-19 ਦੀ ਨਿਗਰਾਨੀ ਲਈ ਪਹਿਲਾਂ ਤੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਨੂੰ ਅਗਲੇ ਵਰੇ 31 ਜਨਵਰੀ ਤੱਕ ਵਧਾ ਦਿੱਤਾ ਹੈ। ਮੰਤਰਾਲੇ ਨੇ ਕਿਹਾ ਕਿ ਭਾਵੇਂ ਕੋਵਿਡ-19 ਦੇ ਨਵੇਂ ਮਾਮਲਿਆਂ ਤੇ ਐਕਟਿਵ ਮਾਮਲਿਆਂ 'ਚ ਗਿਰਾਵਟ ਜਾਰੀ ਹੈ ਪਰ ਵਿਸ਼ਵ ਪੱਧਰ ਤੇ ਕੋਵਿਡ ਮਾਮਲਿਆਂ ਦੀ ਗਿਣਤੀ ਵਧਨ ਅਤੇ ਬਰਤਾਨੀਆਂ 'ਚ ਵਾਇਰਸ ਦੀ ਨਵੀਂ ਕਿਸਮ ਦੇ ਸਾਹਮਣੇ ਆਉਣ ਦੇ ਮੱਦੇ ਨਜ਼ਰ ਨਿਗਰਾਨੀ, ਕੰਟੇਨਮੈਂਟ ਅਤੇ ਸਾਵਧਾਨੀ ਵਰਤੀ ਜਾਣੀ ਜ਼ਰੂਰੀ ਹੈ। ਮੰਤਰਾਲੇ ਨੇ ਕਿਹਾ ਕਿ ਕੰਟੇਨਮੈਂਟ ਜ਼ੋਨਾਂ ਦੀ ਪੂਰੀ ਸਾਵਧਾਨੀ ਨਾਲ ਨਿਸ਼ਾਨਦੇਹੀ ਕੀਤੀ ਜਾਣੀ ਚਾਹੀਦੀ ਹੈ ਅਤੇ ਇਹ ਕੰਮ ਨਿਰਧਾਰਿਤ ਕੰਟੇਨਮੈਂਟ ਉਪਰਾਲਿਆਂ ਤੇ ਅਮਲ ਕਰਦੇ ਕੀਤਾ ਜਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਕੋਵਿਡ ਮਹਾਮਾਰੀ ਦੀ ਰੋਕத் ਦામ ਲਈ ਪਹਿਲਾਂ ਜਾਰੀ ਕੀਤੇ ਗਏ ਐਸਓਪੀ ਦੇ ਅਨੁਸਾਰ ਹੀ ਗਤੀਵਿਧੀਆਂ ਚਲਾਉਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਮੰਤਰਾਲੇ ਨੇ ਕਿਹਾ ਕਿ ਪਿਛਲੇ ਮਹੀਨੇ 26 ਨਵੰਬਰ ਨੂੰ ਜਾਰੀ ਕੀਤੇ ਗਏ ਦਸ਼ਾ ਨਿਰਦੇਸ਼ਾਂ ਨੂੰ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਸਖਤੀ ਨਾਲ ਲਾਗੂ ਕੀਤੇ ਜਾਣ ਦੀ ਲੋੜ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਚ ਮੋਬਾਈਲ ਟਾਵਰਾਂ ਦੀ ਪੰਨ ਤੋੜ ਅਤੇ ਦੂਰ ਸੰਚਾਰ ਸੇਵਾਵਾਂ ਵਿੱਚ ਵਿਗਨ ਪਾਉਣ ਵਾਲਿਆਂ ਨੂੰ ਸਖਤ ਚਿੱਟਾਮਨੀ ਜਾਰੀ ਕਰਦੇ ਆ ਪੁਲਿਸ ਨੂੰ ਅਜਈਆਂ ਗੈਰ ਕਾਨੂੰਨੀ ਗਤੀਵਿਧੀਆਂ ਕਰਨ ਵਾਲੇ ਅਵਰੋਧ ਸਖਤ ਕਾਰਵਾਈ ਦੇ ਹੁਕਮ ਦਿੱਤੇ ਨੇ ਚੰਡੀਗੜ੍ਹ ਤੋਂ ਜਾਰੀ ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਪੰਜਾਬ ਚ ਕਿਸੇ ਵੀ ਨਿੱਜੀ ਜਾਂ ਸਰਕਾਰੀ ਸੰਪਤੀ ਦਾ ਨੁਕਸਾਨ ਬਰਦਾਸ਼ਤ ਨਹੀਂ ਕੀਤਾ ਜਾਪੇਗਾ ਉਨ੍ਹਾਂ ਕਿਹਾ ਕਿ ਅਜਈਆਂ ਕਾਰਵਾਈਆਂ ਨਾ ਕਰਨ ਬਾਰੇ ਕੀਤੀਆਂ ਗਈਆਂ ਵਾਰ-ਵਾਰ ਅਪੀਲਾਂ ਦੇ ਬਾਵਜੂਦ ਇਹਨਾਂ ਨੂੰ ਅਣਗੌਲੀਆਂ ਕੀਤੇ ਜਾਣ ਕਰਨ ਸਰਕਾਰ ਨੂੰ ਸਖਤ ਰੁਖਤ ਅਖਤਿਆਰ ਕਰਨ ਲਈ ਮਜਬੂਰ ਹੋਣਾ ਪਿਆ ਉਹਨਾਂ ਨੇ ਕਿਹਾ ਕਿ ਪੰਜਾਬ ਕਿਸੇ ਵੀ ਕਿਸਮ ਦੀ ਕੀਮਤ ਤੇ ਅਰਾਜਕਤਾ ਫਿਲਾਨਤੇ ਕਾਨੂੰਨ ਆਪਣੇ ਹੱਥਾਂ 'ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਪੇਗੀ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਪਿਛਲੇ ਕਈ ਮਹੀਨਿਆਂ ਤੋਂ ਕੇਂਦਰ ਦੇ ਨਵੇਂ ਖੇਤੀ ਕਾਨੂੰਨ ਵਿਰੁੱਧ ਚੱਲ ਰਹੇ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਅਤੇ ਪ੍ਰਦਰਸ਼ਨਾਂ ਤੇ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੈ ਤੇ ਨਾ ਹੀ ਸਰਕਾਰ ਨੇ ਅਜੇ ਕਿਸੇ ਪ੍ਰਦਰਸ਼ਨ ਨੂੰ ਰੋਕਿਆ ਪਰ ਨਿੱਜੀ ਤੇ ਸਰਕਾਰੀ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਕਾਰਵਾਈਆਂ ਨੂੰ ਸਹਿਣ ਨਹੀਂ ਕੀਤਾ ਜਾਪੇਗਾ ਮੁੱਖ ਮੰਤਰੀ ਗਲੂਇੰਚਾਮਨੀ ਉਸ ਵੇਲੇ ਦਿੱਤੀ ਗਈ ਹੈ ਜਦੋਂ ਸੂਬੇ ਵਿੱਚ 1561 ਮੋਬਾਈਲ ਟਾਵਰ ਪ੍ਰਭਾਵਿਤ ਹੋਏ ਨੇ ਜਿੰਨਾਂ ਵਿੱਚੋਂ 25 ਦੀ ਪੰ ਤੋੜ ਕੀਤੀ ਗਈ ਹੈ ਮੁੱਖ ਮੰਤਰੀ ਨੇ ਅਜਈਆਂ ਕਾਰਵਾਈਆਂ ਨੂੰ ਫੌਰੀ ਤੌਰ ਤੇ ਬੰਦ ਕਰਨ ਦਾ ਸੱਦਾ ਦਿੰਦੇ ਹ ਕਿ ਇਹ ਅਜਈਆਂ ਕਾਰਵਾਈਆਂ ਨਾਲ ਦੂਰ ਸੰਚਾਰ ਸੇਵਾਵਾਂ ਵਿੱਚ ਵਿਗਨ ਪੈਨ ਕਾਰਨ ਸੰਚਾਰ ਬਲੈਕਆਊਟ ਹੋ ਸਕਦਾ ਹੈ ਜਿਸ ਦੇ ਸਿੱਟੇ ਵਜੋਂ ਵਿਦਿਆਰਥੀਆਂ ਤੇ ਕੰਮ ਕਰਦੇ ਪੇਸ਼ੇਵਰ ਵਿਅਕਤੀਆਂ ਨੂੰ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਆਖੇ ਕਿ ਪ੍ਰੀਖਿਆਵਾਂ ਵਿਸ਼ੇਸ਼ ਤੌਰ ਤੇ ਬੋਰਡ ਦੇ ਇਮਤਿਹਾਨ ਨੇੜੇ ਹੋਣ ਅਤੇ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਵਿਦਿਆਰਥੀ ਆਨਲਾਈਨ ਸਿੱਖਿਆ ਤੇ ਨਿਰਭਰ ਨੇ ਜਿਸ ਕਾਰਨ ਦੂਰ ਸੰਚਾਰ ਸੇਵਾਵਾਂ ਵਿੱਚ ਵਿਗਨ ਪਾਉਣ ਦੀਆਂ ਅਜਈਆਂ ਕਾਰਵਾਈਆਂ ਨਾਲ ਬੱਚਿਆਂ ਦੇ ਭਵਿੱਖ ਤੇ ਗੰਭੀਰ ਅਸਰ ਪੈ ਸਕਦਾ ਹੈ ਕੇਂਦਰ ਸਰਕਾਰ ਨੇ ਪਿਆਜ਼ ਦੀ ਬਰਾਮਦ ਤੇ ਲਗਾਈ ਗਈ ਪਾਬੰਦੀ ਹਟਾਉਣ ਦਾ ਫੈਸਲਾ ਕੀਤਾ ਵਿਦੇਸ਼ੀ ਵਪਾਰ ਬਾਰੇ ਡਾਇਰੈਕਟੋਰੇਟ ਜਨਰਲ ਵੱਲੋਂ ਜਾਰੀ ਕੀਤੇ ਗਏ ਇੱਕ ਨੋਟੀਫਿਕੇਸ਼ਨ ਚ ਆਖਿਆ ਗਿਆ ਕਿ ਅਗਲੇ ਬਰੇ 1 ਜਨਵਰੀ ਤੋਂ ਪਿਆਜ਼ ਦੀਆਂ ਸਾਰੀਆਂ ਹੀ ਕਿਸਮਾਂ ਦੀ ਬਰਾਮਦ ਤੇ ਲਗਾਈ ਗਈ ਪਾਬੰਦੀ ਤੁਰੰਤ ਪ੍ਰਭਾਵ ਨਾਲ हटਾਈ ਜਾ ਰਹੀ ਹੈ ਰੈਸ਼ਨਲ ਪਿਆਜ਼ ਦੀ ਬਰਾਮਦ ਕੀਤੀ ਜਾ ਸਕੇਗੀ ਸਰਕਾਰ ਨੇ ਦੇਸ਼ ਪਿਆਜ਼ ਦੇ ਸੰਕਟ ਦੀ ਸੰਭਾਵਨਾ ਤੇ ਪਿਆਜ਼ ਦੀਆਂ ਕੀਮਤਾਂ ਚ ਹੋ ਰਹੇ ਬੇਤਹਾਸ਼ਾ ਵਾਧੇ ਦੇ ਮੱਦੇਨਜ਼ਰ ਇਸ ਸਾਲ ਸਤੰਬਰ ਚ ਪਿਆਜ਼ ਦੀ ਬਰਾਮਦ ਤੇ ਰੋਕ ਲਗਾ ਦਿੱਤੀ ਸੀ ਪਰ ਵਿੱਤ ਮੰਤਰਾਲੇ ਨੇ GST ਮੁਆਵਜ਼ੇ ਦੀ ਕਾਟ ਨੂੰ ਪੂਰਾ ਕਰਨ ਲਈ ਸੂਬਿਆਂ ਨੂੰ 6000 ਕਰੋੜ ਰੁਪਏ ਦੀ ਨੌਵੀਂ ਹਫਤਾਵਰੀ ਕਿਸ਼ਤ ਜਾਰੀ ਕੀਤੀ ਹੈ ਇਸ ਵਿੱਚੋਂ ਕਈ ਰਾਜਾਂ ਨੂੰ 5516 ਕਰੋੜ 60 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਤੇ ਵਿਧਾਨ ਸਭਾ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਿੱਲੀ ਜੰਮੂ ਕਸ਼ਮੀਰ ਅਤੇ ਪੁੱਡੂਚਿਰੀ ਨੂੰ ਜੋ ਜੀਐਸਟੀ ਕੌਂਸਲ ਦੇ ਮੈਂਬਰ ਨੇ 483 ਕਰੋੜ 40 ਲੱਖ ਰੁਪਏ ਜਾਰੀ ਕੀਤੇ ਕਿਨੇ ਬਾਕੀ ਦੇ ਪੰਜ ਰਾਜਾਂ ਰੁਨਾਚਲ ਪ੍ਰਦੇਸ਼ ਮਨੀਪੁਰ ਮਜ਼ੋਰਮ ਨਾਗaland ਤੇ ਸਿੱਕਮ 'ਚ ਜੀਐਸਟੀ ਲਾਗੂ ਹੋਣ ਨਾਲ مالیਏ 'ਚ ਕੋਈ ਪਾੜਾ ਨਹੀਂ ਹੈ ਜੀਐਸਟੀ ਲਾਗੂ ਕੀਤੇ ਜਾਣ ਕਰਨ ਮਾਲੀਏ 'ਚ ਕਿਚਾਰੀਆ 10 ਲੱਖ ਕਰੋੜ ਰੁਪਏ ਦੀ ਅਨੁਮਾਨਿਤ ਘਾਟ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਨੇ ਅਕਤੂਬਰ 2020 'ਚ ਇੱਕ ਵਿਸ਼ੇਸ਼ ਉਧਾਰ ਵਿੰਡੋ ਸਥਾਪਿਤ ਕੀਤੀ ਸੀ ਜਿਸ ਦੇ ਪਾਰ ਸਰਕਾਰ ਵੱਲੋਂ ਰਾਜ ਸਰਕਾਰਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਉਧਾਰ ਲਈ ਜਾਰੀ ਨੇ ਇਹ ਉਧਾਰ ਨੌ ਕਿਡਾਂਚ ਲਿਆ ਗਈ ਹਫਤੇ ਜਾਰੀ ਕੀਤੀ ਗਈ ਰਕਮ ਸੂਬਿਆਂ ਨੂੰ ਮੁਹैया ਕਰਵਾਏ ਗਏ ਅਜੇ ਫੰਡਾਂ ਦੀ ਨੌਵੀਂ ਕਿਸ਼ਤ ਹੈ ਇਸ ਹਫਤੇ ਚ ਰਕਮ 5.1508% ਦੀ ਵਿਆਜ ਦਰ ਤੇ ਉਧਾਰ ਲਈ ਗਈ ਹੈ ਹੁਣ ਤੱਕ ਕੇਂਦਰ ਸਰਕਾਰ ਵੱਲੋਂ 4.788% ਦੀ ਔਸਤ ਵਿਆਜ ਦਰ ਤੇ ਵਿਸ਼ੇਸ਼ ਉਧਾਰ ਵਿੰਡੋ ਰਾਹੀਂ 54000 ਕਰੋੜ ਰੁਪਏ ਦਾ ਉਧਾਰ ਲਿਆ ਗਿਆ ਹੈ ਤੇ ਇਸੇ ਨਾਲ ਹੀ ਖਬਰਾਂ ਦੇ ਬਲੂਟੁੱਥ ਖਤਮ ਹੈ ਨਮਸਕਾਰ